सज्जाद हुसैन जाफरी ऑफ सिलावाली, इंशाल्लाह इनके बाद फ़ख्रे सरगोदा ज़ाकिर अहले बैत अदनान लियाकत पधराड़ी, उनके बाद फ़ख्रे पाकिस्तान ज़ाकिर अहले बैत जाफर तैयार और भेरा खिताब फरमाएंगे। इंशाल्लाह आपके लिए नमाज का भी इंतज़ाम है और आपके लिए न्याज का भी बेहतरीन इंतज़ाम है। नमाज भी अदा करेंगे और नमाज भी पढ़ेंगे और उसके बाद न्याज भी करेंगे, फिर मजलिस अदा शुरू हो जाएगी, फिर मुल्क के नामवर ज़ाकिर व उलमाए इकराम खिताब फरमाएंगे, जिनमें ज़ाकिर अहले बैत ग़ुलाम अब्बास साहब और मौज ज़ाकिर अहले बैत फरमान हैदर शमसी साहब, ज़ाकिर अहले बैत नईम रज़ा झामरा शरीफ और मौलाना सैयद मज़र अली शराजी हाथीविंड, ज़ाकिर अहले बैत वसीम अब्बास बलोच, ज़ाकिर अहले बैत ग़ुलाम अब्बास और अल्लामा सरफराज हुसैन हुसैनी साहब भी खिताब फरमाएंगे। इंशाअल्लाह मजलिस एज़ा मगरब तक जारी और सारी रहेगी। आप लोगों से इल्तमास है कि दुआ भी करते रहें और अपने लिए भी दुआ करें और बानियान के लिए भी दुआ करें। अब आपके सामने वाजिबुल एहतराम ज़ाकिर अहले बैत सज्जाद हुसैन जाफरी साहब ऑफ सिलावाली खिताब फरमाएंगे। नाराए तकबीर, नाराए रिसालत, नाराए हैदरी। इन्हीं से इल्तमास भी कर दूंगा कि मलक अरशद साहब और मलक असद अब्बास और जैगम अब्बास साहब के लिए भी दुआ करें कि परवरदिगार इनको सेहत कामला अता फरमाए। दुआ बराए तलू आफ्ताब इमामत। आऊज़ बिल्लाह मिन लिल्लाह रब्बिल आलमीन सलाम वाला अशरफिल अंबिया वाल मुरसलीन सलवा सुम सला तो सलाम वाला मन का नबियन आदम बैनल मा वतीन सलवा बिस्मिल्लाह रहमान रहीम अल्लाहुम्मा इन यसालुका बेहके आसिया बिनते मजायम आसन ली अजाइल हुसैन अलैहि सलाम सलवा बहन ते बिरामद हिस्से दे मैं दो बहन तुम सुनावने घर नीत के आयो ना जो वन के ते फूड़ी ते मुकान बह के दे आविए जितने दूर नेड़े कदम तो चल के आयो तवज्जो करे सो मुकद्दर चहन ता आंसू आ वैसे मोमिन भुला नहीं संग दे टुरना हुसैन हुसैन आइया गल समझ लियो तो काफी है रोमन वास्ते मोमिन भुला नहीं संग दे टुरना हुसैन दा कोई आम हस्ती पे टुर दी पुत्र रसूल दा पे टुर दा कह नहीं आख्या मौला हुसैन नू जो वतन क्यों छुड़े ना है बाबा जी वतन चंगी शाय होंदा है जे कोई अली रजा रहन देवे ता मोमिन भुला नहीं संग दे टुरना हुसैन हुसैन दा जैंदे दिल च कबरे हुसैन है पानी तदीद पवे ता रो सकदा है
ਘਰ ਦੇ ਵਿੱਚ ਵੰਨੇ ਘਰਾਂ ਦੇ ਬੰਦ ਦਰਵਾਜ਼ੇ ਵੇਖੇ ਤਾਂ ਰੋ ਸਕਦਾ ਹੈ, ਛੋਟਿਆਂ ਬੱਚਿਆਂ 'ਤੇ ਦੀਦ ਪਵੇ ਤਾਂ ਰੋ ਸਕਦਾ ਹੈ। ਮਹਿਮਲ ਤੂੰ ਰੋ ਕੇ ਲੈਣਾ ਅਕਬਰ ਦੀ ਭੈਣ ਭੈਣ ਦਾ ਸ਼ਹਿਜ਼ਾਦਾ ਅਲੀ ਅਕਬਰ ਮਾਮਲ ਦੇ ਨਾਲ ਆ ਕੇ ਮੱਥਾ ਲਾਇਆ ਏ ਜ਼ਾਰੋ ਕਤਾਰ ਰੋਣਾ ਸ਼ੁਰੂ ਕੀਤਾ ਏ ਸਦਕੇ ਅਜਾ ਧੀਆਂ ਦੇ ਪਰਦੇ ਨੇ ਬਾਬਾ ਮੈਂ ਨੌਕਰ ਹਾਂ ਮਾਮਲ ਦੇ ਨਾਲ ਆ ਕੇ ਅਲੀ ਅਕਬਰ ਮੱਥਾ ਲਾਇਆ ਏ ਜ਼ਾਰੋ ਕਤਾਰ ਰੋਣਾ ਸ਼ੁਰੂ ਕੀਤਾ ਏ ਹੁਸੈਨ ਬਾਦਸ਼ਾਹ ਦੀ ਸਾਢੇ ਸੱਤ ਸਾਲਾਂ ਜ਼ਈਫਾ ਦੀ ਆਈ ਮਾਮਲ ਤੂੰ ਲਾਂਦੀ ਲੱਗੀ ਆਈਏ ਬੀਬੀਆ ਦੀ ਏ ਮੇਰਾ ਵੀਰ ਤੂੰ ਨਾ ਰੋ ਮੈਂ ਲਾਂਦੀਆਂ ਸ਼ਰਮਾ ਕੇ ਨਾ ਰੋਵੇਂ ਜ਼ਿੰਦਗੀ ਦਾ ਕੋਈ ਪਤਾ ਨਹੀਂ ਬੀਬੀਆਂ ਦੀ ਆਈ ਮੇਰਾ ਵੀਰ ਫਿਰਾ ਰੋਵੇਂ ਤਾਂ ਕਸ ਕੇ ਕੂੰ ਲੱਗਦੀ ਏ ਕਸ ਭੈਣਾ ਕੂੰ ਲੱਗਦੀ ਏ ਮੇਰਾ ਵੀਰ ਤੂੰ ਨਾ ਰੋ ਉਜੜੀ ਲਾਂਦੀਆਂ ਸਦਕੇ ਹੋ ਵਾਂ ਧੀਆਂ ਦੇ ਪਰਦੇ ਹੋਣੀ ਰੋਵਣ ਦਾ ਪਤਾ ਤੈਨੂੰ ਕਬਰ 'ਚ ਲੱਗਣਾ ਏ ਰੋਵਣ ਦਾ ਸਿਲਾ ਤੈਨੂੰ ਕਬਰ 'ਚ ਮਿਲਸੀਆਂ ਜਿਹੜੇ ਵੇਲੇ ਬਗੈਰ ਸਰ ਦੇ ਲਾਸ਼ ਉੱਠੀ ਤੇ ਆਵਾਜ਼ ਆਇਆ ਪਿਆਰ ਨਾਲ ਪੁੱਛੋ ਮੜੀਆਂ ਧੀਆਂ ਨੂੰ ਰੋਂਦਾ ਰਿਹਾ ਨੇ ਆਰਾਮ ਨਾਲ ਪੁੱਛੋ ਮੜੀਆਂ ਭੈਣਾਂ ਨੂੰ ਰੋਂਦਾ ਰਿਹਾ ਨੇ ਰੋਵਣ ਦਾ ਪਤਾ ਤੈਨੂੰ ਕਬਰ 'ਚ ਲੱਗਣਾ ਏ ਸਦਕੇ ਹੋ ਵਾਂ ਧੀਆਂ ਦੇ ਪਰਦੇ ਹੋਣੀ ਬੁਰਕੇ ਦੀ ਕਦਰ ਪੁੱਛਣੀ ਆਈ ਤਾਂ ਕਰ ਬਲਾ ਹੁਸੈਨ ਤੂੰ ਪੁੱਛ ਜਿਹੜਾ ਹੁਸੈਨ ਜਵਾਨ ਪੁੱਤਰ ਅਲੀ ਅਕਬਰ ਦੀ ਲਾਸ਼ ਚਾ ਕੇ ਸ਼ਿਮਰ ਦੇ ਖੈਮੇ ਦੇ ਬਾਹਰੋਂ ਆ ਕੇ ਦਖੜਾ ਏ ਉਹ ਕਮੀਨਾ ਜੇ ਮੈਨੂੰ ਭੇਣ ਦੇ ਬੁਰਕੇ ਦੀ ਜ਼ਮਾਨਤ ਦੇਵੇ ਮੈਂ ਤਨ ਅਕਬਰ ਦਾ ਕਤਲ ਮਾਫ਼ ਕਰੇਨ ਸਦਕੇ ਮਤਾਂ ਸਮਝੇ ਮੈਨੂੰ ਪੁੱਤਰ ਪਿਆ ਮਰਿੰਦਾ ਏ ਮੈਨੂੰ ਭੇਣ ਦਾ ਬੁਰਕਾ ਪਿਆ ਰਵੈਂਦਾ ਏ ਸਦਕੇ ਵੰਨਾ ਸੱਤਰ ਕਦਮ ਦੀ ਵੇਥਾਈ ਫਿਰਾ ਮਰੀਂਦਾ ਪਿਆ ਏ ਭੈਣੀ ਡੇ ਦੀਆਂ ਖੜੀਆਂ ਸਦਕੇ ਵੰਨਾ ਬੀਬੀਆ ਦੀ ਆਈ ਮੁਸਲਮਾਨੋ ਨਾ ਮਾਰੋ ਮੇਰਾ ਤਸਾ ਫਿਰਾ ਏ ਸਦਕੇ ਧੀਆਂ ਦੇ ਪਰਦੇ ਹੋਣੇ ਮੁਸਲਮਾਨੋ ਨਾ ਮਾਰੋ ਕਿਉਂ ਮਰਿੰਦੇ ਹੋ ਜਿਹੜੇ ਮਾਰਨ ਵਾਲਿਆਂ ਨੂੰ ਮੁਸਲਮਾਨ ਆਏ ਜਿਹੜਾ ਮਰੀ ਜਾਣਾ ਲਾਈ ਉਹ ਇਸਲਾਮ ਆਈ ਸਦਕੇ ਹੋ ਵੰਨੇ ਖੰਜਰ ਚਲਾਏ ਤੇ ਮੈਡੀ ਧੀ ਆ ਗਈਏ ਆਇਓ ਕੋ ਮਿਲ ਮਿਲ ਬਹੁਤ ਸੋਹਣਾ ਇਸਤਕਬਾਲ ਕੀਤਾ ਨੇ ਅੱਲਾਹ ਤੁਹਾਡੀ ਜ਼ਿੰਦਗੀ ਕਰੇ ਹੁਸੈਨ ਦੀ ਅਮੜੀ ਤੁਹਾਨੂੰ ਵਸਦਾ ਰੱਖੇ ਸਿਵਾਏ ਗਮ ਸ਼ਬੀਰ ਦੁਨੀਆ ਦਾ ਕੋਈ ਗਮ ਨਾ ਦੇਖੋ ਸਰਕਾਰ ਦਾ ਫਰਮਾਨ ਜ਼ਈਆ ਨੂੰ ਮਜਾਲੇ ਸਿੱਖ ਬੇਜ਼ਿਕਰ ਅਲੀ ਇਬਨ ਅਬੀ ਤਾਲਿਬ ਆਪਣੀਆਂ ਮਜਲਸਾਂ ਨੂੰ ਜ਼ੀਨਤ ਦਿਓ ਮੇਰੇ ਬਿਰਾ ਅਲੀ ਦੇ ਜ਼ਿਕਰ ਨਾਲ ਮੇਰੇ ਬਿਰਾ ਅਲੀ ਦਾ ਜ਼ਿਕਰ ਮੇਰਾ ਜ਼ਿਕਰ ਮੇਰਾ ਜ਼ਿਕਰ ਅੱਲਾਹ ਦਾ ਜ਼ਿਕਰ ਅੱਲਾਹ ਦਾ ਜ਼ਿਕਰ ਭਾਈਜਾਨ ਹੈ ਇਬਾਦਤ ਇਬਾਦਤ ਦਾ ਦੂਸਰਾ ਹਿੱਸਾ ਮੁਕੰਮਲ ਕਰਨ ਦੀ ਖਾਤਰ ਮੈਂ ਜਨਾਬ ਨੂੰ ਨਜਫ ਦੇ ਸ਼ਾਹ ਦਾ ਕਸੀਦਾ ਨਾ ਸੁਣਾ ਦਿਆਂ ਇੱਕ ਨਜਫ ਦੇ ਵਾਲੀ ਦਾ ਨਾਰਾ ਸੁਣਾਓ ਅਤੇ ਮੈਂ ਜਨਾਬ ਨੂੰ ਕਸੀਦਾ ਸੁਣਾਓ ਯਾ ਅਲੀ ਅਲੈਹਿ ਸਲਾਮ ਸਾਰੇ ਮਿਲ ਕੇ ਨਾਰਾ ਚਾਹੋ ਨਾਮ ਚਾਹੋ ਮਿਲ ਕੇ ਸਾਰੇ ਹੋਵੇ ਜ਼ਿਆਦਾ ਸੁਣਾਵਾਂ ਨਜਫ ਦਿਵਾਲੀ ਦਾ ਕਸੀਦਾ ਵੋ ਬੰਦਾ ਦੋ ਜਹਾਂ ਕੀ ਬਲਾਓ ਸੇ ਦੂਰ ਹੈ ਨਾਜ਼ ਹੁਸੈਨ ਪੂਰੀ ਤਵੱਜੋ ਵੋ ਬੰਦਾ ਦੋ ਜਹਾਂ ਕੀ ਬਲਾਓ ਸੇ ਦੂਰ ਹੈ ਕਿ ਜਿਸ ਕੇ ਦਿਲ ਮੇਂ ਉਨਕੀ ਮੁਹੱਬਤ ਕਾ ਨੂਰ ਹੈ ਕਿ ਜਿਸ ਕੇ ਦਿਲ ਮੇਂ ਉਨਕੀ ਮੁਹੱਬਤ ਕਾ ਨੂਰ ਹੈ ਮੌਲਾ ਅਲੀ ਕੇ ਨਾਰੇ ਸੇ ਜਲਤਾ ਹੈ ਜਿਸ ਕਾ ਦਿਲ ਕੁਛ ਔਰ ਹੋ ਨਾ ਹੋ ਵੋ ਹਰਾਮੀ ਜ਼ਰੂਰ ਹੈ ਯਾ ਅਲੀ ਅਲੈਹਿਸਸਲਾਮ ਤਾ
ਮਾਮ ਤਰ ਦੇ ਬਾਦ ਤਾਂਦੀ ਜਾਨ ਮੌਲਾ ਅਲੇ ਤਮਾਮ ਤਰ ਦੇ ਬਾਦ ਤਾਂਦੇ 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 ਜਾਨ ਹੱਥ ਖੋਲ ਕੇ ਨਾਰਾ ਹੈਦਰੀ ਤਮਾਮ ਤਰ ਦੇ ਬਾਦ ਤਾਂਦੇ ਜਾਨ ਮੌਲਾ ਅਲੇ ਤਮਾਮ ਤਰ ਦੇ ਬਾਦ ਤਾਂਦੇ ਜਾਨ ਮੌਲਾ ਅਲੇ ਤਮਾਮ ਤਰ ਦੇ ਬਾਦ ਤਾਂਦੇ ਜਾਨ ਏ ਮਾਂ ਦੀ ਗੋਦ ਦਾ ਸਾਰੇ ਤਮਾਮ ਤਰ ਦੇ ਬਾਦ ਮੌਲਾ ਅਲੇ ਤਾਂਦੇ ਜਾਨ ਮੌਲਾ ਅਲੇ ਤਮਾਮ ਤਰ ਦੇ ਬਾਦ ਤਾਂਦੇ ਜਾਨ ਮੌਲਾ ਅਲੇ ਜ਼ੀਨਤ ਨਮਾਜ਼ ਦੀ ਅਜ਼ਾਨ ਮੌਲਾ ਅਲੇ ਤਮਾਮ ਤਰ ਦੇ ਬਾਦ ਹੁਸੈਨ ਦੀ ਅੰਮਾ ਹਯਾਤੀ ਵਾਲਾ ਬਚੜਾ ਦੇ ਯਾ ਅਲੀ ਅਲੈਹਿਸ ਸਲਾਮ ਅੱਲਾ ਤੁਹਾਡੀ ਜ਼ਿੰਦਗੀ ਕਰੇ ਬੱਲਾ ਬਾ ਹੁਸੈਨ ਮੇਰੀ ਉਮੀਦ ਤੋਂ ਜ਼ਿਆਦਾ ਹੌਸਲਾ ਅਫਜ਼ਾਈ ਪੈ ਕਰੇਂ ਦਿਓ ਜੀ ਬਿਸਮਿਲ੍ਲਾ ਮੈਂ ਹਜ਼ਾਰ ਵਾਰੀ ਅੱਖਾਂ ਮਿਲ ਕੇ ਨਾਰਾ ਹੈ ਦਰੀ ਤਮਾਮ ਤਰ ਦੇ ਬਾਦ ਤਾਂਦੇ ਜਾਨ ਮੌਲਾ ਅਲੇ ਤਮਾਮ ਤਰ ਦੇ ਬਾਦ ਲਿਖਣ ਵਾਲੇ ਤੁਸੀਂ ਸਦਕੇ ਤੁਹਾਡੇ ਸੁਣਨ ਤੁਸੀਂ ਸਦਕੇ ਤਮਾਮ ਤਰ ਦੇ ਬਾਦ ਤਾਂਦੇ ਜਾਨ ਮੌਲਾ ਅਲੇ ਤਮਾਮ ਤਰ ਦੇ ਬਾਦ ਤਾਂਦੇ ਜਾਨ ਮੌਲਾ ਅਲੇ ਜ਼ੀਨਤ ਨਮਾਜ਼ ਦੀ ਅਜ਼ਾਨ ਮੌਲਾ ਅਲੇ ਤਮਾਮ ਤਰ ਦੇ ਬਾਦ ਤਾਂਦੇ ਜਾਨ ਮੌਲਾ ਅਲੇ ਬਸਦੇ ਰਹੋ ਸੰਗਤ ਸਾਥ ਦੇ ਨਾਲ ਦੋਸਤਾਂ ਬਾਬਾ ਨਾਲ ਪੂਰੇ ਖਾਨਦਾਨ ਨਾਲ ਪੂਰੇ ਕਬੀਲੇ ਨਾਲ ਦੋਸਤ ਛੋੜਨੇ ਪੌਣੀ ਛੋੜ ਦੇਵੇਂ ਰਿਸ਼ਤੇਦਾਰ ਛੋੜਨੇ ਪੌਣੀ ਛੋੜ ਦੇਵੇਂ ਬਿਰਾਦਰੀ ਛੋੜਨੀ ਪਵੇ ਛੋੜ ਦੇਵੇਂ ਬੁਲਾਏ ਖਾਨਦਾਨ ਛੋੜਨਾ ਪਵੇ ਛੋੜ ਦੇਵੇਂ ਲੇਕਿਨ ਸ਼ੇਰ ਦੇ ਰੰਗੇ ਤਨ ਇੱਕ ਅਪੀਲ ਕਰਨੀ ਇੱਕ ਮਿੰਨਤ ਕਰਨੀ ਉਹ ਮਿੰਨਤ ਕਿਹੜੀ ਏ ਅਲੀ ਉਲ ਵਲੀ ਉੱਲਾ ਤੂੰ ਕਲੀ ਕਤਲਾਂਦਾ ਹੈ ਬੁਲਾਏ ਨਿਆਜ਼ ਹੁਸੈਨ ਬੁਲਾਏ ਅੱਲਾ ਤੁਹਾਡੀ ਜ਼ਿੰਦਗੀ ਕਰੇ ਅਲੀ ਉਲ ਵਲੀ ਉੱਲਾ ਤੂੰ ਕਲੀ ਕਤਲਾਂਦਾ ਹੈ ਅਲੀ ਉਲ ਵਲੀ ਉੱਲਾ ਤੂੰ ਕਲੀ ਕਤਲਾਂਦਾ ਹੈ ਦੱਸ ਕਿਹੜੇ ਸ਼ੀਆ ਦੀ ਤਸਲੀ ਪਹਿਚਾਨ ਮੌਲਾ ਅਲੇ ਤਮਾਮ ਤਰ ਦੇ ਬਾਦ ਤਾਂਦੇ ਜਾਨ ਮੌਲਾ ਅਲੇ ਤੁਹਾਡੀ ਜ਼ਿੰਦਗੀ ਕਰੇ ਹੁਸੈਨ ਦੀ ਅਮੜੀ ਵਸਤ ਰੱਖੀ ਬਿਸਮਿਲ੍ਲਾ ਲਟਕੇ ਖਾਏ
ਰਾਜ ਨਹੀਂ ਹੁੰਦਾ, ਲੁੱਟ ਕੇ ਖਾਈਏ ਰਾਜ ਨਹੀਂ ਹੁੰਦਾ, ਲੁੱਟ ਕੇ ਖਾਈਏ ਰੱਜ ਨਹੀਂ ਹੁੰਦਾ, ਨੰਗਾ ਪਿੰਡਾ ਕੱਜ ਨਹੀਂ ਹੁੰਦਾ, ਮੁਨਕਰ ਅਲੀ ਕਾਬੇ ਵੰਨੇ ਪੈਂਡਾ ਪੈਂਦਾ ਏ ਹੱਜ ਨਹੀਂ ਆਉਂਦਾ, ਯਾ ਅਲੀ ਅਲੈਹ ਸਲਾਮ ਅੱਲਾ ਤੁਹਾਡੀ ਜ਼ਿੰਦਗੀ ਕਰੇ ਬਸਣਾ ਕਦੀਆਂ ਤੇ ਪੇਰ ਖਾਜੇ ਨਾਲ, ਵੈਰ ਤਾਂ ਗਾ ਜੰਨਤ ਦੀਆਂ ਦੁਸ਼ਮਣੀ ਅਲੀ ਨਾਲ, ਪਿਟੜੇ ਤੇ ਕੰਡਾ ਵੀ ਨਾਂਗ ਤੇ ਲਾਤਾ ਵੀ ਸ਼ਾਲਾ ਭੂ ਵਾਲੇ ਟਰੱਕ ਤਲੇ ਆਵੇਂ, ਤੂੰ ਅਲੀ ਨੂੰ ਸੁਚੇ ਨਾ, ਇਹਨਾਂ ਦੇ ਨੌਕਰ ਸਮਝ 'ਚ ਨਹੀਂ ਆਉਂਦੇ ਜੀ, ਇਹਨਾਂ ਦੇ ਨੌਕਰ ਸਮਝ 'ਚ ਨਹੀਂ ਆਉਂਦੇ, ਤੇਰੀ ਮੇਰੀ ਸਮਝ 'ਚ ਤਾਂ ਕੰਪਿਊਟਰ ਨਹੀਂ ਆ ਸਕਦਾ, ਤੂੰ ਅਲੀ ਨੂੰ ਸੁਚੇ ਨਾ। ਸ਼ੇਰ ਸੁਣਾਵਾਂ, ਮਵਾਲੀਆਂ ਹਲਾਲੀਆਂ ਦੇ ਹਾਂ ਠਰ ਜਾਵੇਂ, ਜੈਂਦੇ ਘਰ ਦੇ ਸਾਹਮਣੇ ਤੂੰ ਸਾਰੇ ਨੂੰ ਝੁਕਾਂਦਾ ਏ, ਅੱਲਾ ਤੁਹਾਡੀ ਜ਼ਿੰਦਗੀ ਕਰੇ, ਜੈਂਦੇ ਘਰ ਦੇ ਸਾਹਮਣੇ ਤੂੰ ਸਾਰੇ ਨੂੰ ਝੁਕਾਂਦਾ ਏ, ਜੈਂਦੇ ਘਰ ਦੇ ਸਾਹਮਣੇ ਤੂੰ ਸਾਰੇ ਨੂੰ ਝੁਕਾਂਦਾ ਏ, ਜਿੱਥੇ ਦੇਖ ਕੇ ਹਾਜ਼ਰੀ ਤੂੰ ਅੱਜ ਸਾਡੇ ਵੰਦਾ ਏ, ਜਿੱਥੇ ਦੇਖ ਕੇ ਹਾਜ਼ਰੀ ਤੂੰ ਅੱਜ ਸਾਡੇ ਵੰਦਾ ਏ, ਉਸ ਘਰ ਦਾ ਮਾਲਕ ਮਕਾਨ ਮੌਲਾ ਅਲੀ ਏ, ਦਿਲ ਚਾਹੁੰਦਾ ਹੈ ਸ਼ਾਬਾਨ ਦਾ ਮਹੀਨਾ ਹੈ, ਇਸ ਤੋਂ ਪਿੱਛੇ ਜਿਹੜਾ ਮਹੀਨਾ ਗੁਜ਼ਰਿਆ ਉਹ ਕਿਹੜਾ ਮਹੀਨਾ ਆਈ, ਰਜਬ ਉਲ ਮੁਰਜਬ, ਜਨਾਬ ਅਲੀ ਅਲੈਹਿਸ ਸਲਾਮ ਫਰਮਾਉਂਦੇ ਨੇ ਮੇਰਾ ਮਹੀਨਾ, ਅਤੇ ਉਸ ਤੋਂ ਅੱਗੇ ਇਹ ਜਿਹੜਾ ਮਹੀਨਾ ਸ਼ਾਬਾਨ ਉਲ ਮੁਅੱਜ਼ਮ, ਬਲਕਿ ਇੰਚਾ ਖਾਂ ਸ਼ਾਬਾਨ ਉ ਸ਼ਾਰੀ ਕਾਇਨਾਤ ਦੇ ਰਸੂਲ ਫਰਮਾਇਆ ਇਹ ਮੇਰਾ ਮਹੀਨਾ, ਇਹਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਨ, ਇੱਕ ਬਾਈ ਨੂੰ ਮੁਬਾਰਕਾਂ ਦਿਓ, ਅਤੇ ਇਸ ਤੋਂ ਅੱਗੇ ਆਉਣ ਵਾਲਾ ਮਹੀਨਾ ਹੁਣ ਘੱਟ ਬੰਦੇ ਬੋਲਿਓ ਰਮਜ਼ਾਨ ਉਲ ਮੁਬਾਰਕ, ਹੈਂ ਅੱਲਾ ਫਰਮਾਇੰਦਾ ਮੇਰਾ ਨਵੇਕਲਾ ਮਹੀਨਾ, ਨਾ ਮੈਂ ਕੁਝ ਖਾਂਦਾ ਪੀਂਦਾ ਨਾ ਤੂੰ ਕੁਝ ਖਾ ਪੀ, ਮੇਰਾ ਦਿਲ ਚਾਹੁੰਦਾ ਮਹਾਰਾਜ ਅਲ ਬਹਰੈਨ ਦੇ ਮੋਤੀ ਦਾ ਕਸੀਦਾ ਸੁਣਾਵਾਂ, ਅਤੇ ਦਿਲ ਚਾਹੁੰਦਾ ਸਾਰੇ ਅਲੀ ਰਜ਼ਾ ਅੱਲਾ ਹੂ ਨਾ ਕਰੀਏ ਜੀ ਜੀ, ਬਿਸਮਿਲ੍ਲਾ ਇੱਕ ਨਹੀਂ ਨਹੀਂ ਸਾਰੇ ਜਾਗ ਹੋਏ ਸਨ ਤੁਹਾਡੀਆਂ ਦੁਆਈ ਨਾਲ, ਇੱਕ ਨਾਰਾ ਸੁਣਾਓ ਨਜਫ ਦੀਵਾਲੀ ਦਾ, ਤ੍ਰੈ ਸ਼ਬਾਨ ਦੜੀ ਖੁਸ਼ੀਆਂ ਨਾਲ ਚੜਿਆ ਹੈ, ਤ੍ਰੈ ਸ਼ਬਾਨ ਦੜੀ ਖੁਸ਼ੀਆਂ ਨਾਲ ਚੜਿਆ ਹੈ, ਸੁਣ ਹੁਸੈਨ ਦੀ ਆਮਦ ਦੁਨੀਆ ਪੜਿਆ ਹੈ, ਅੱਲਾਹੁ ਅੱਲਾਹੁ ਅੱਲਾ ਅੱਲਾਹੁ ਅੱਲਾ 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 ਅੱਲਾਹੁ ਅੱਲਾ, ਸਾਰੇ ਅੱਲਾਹੁ ਕਰੇ ਸੋ ਹੱਥ ਖੋਲ ਕੇ ਨਾਰਾ ਹੈਦਰੀ, ਹੋ ਅੱਲਾ ਅੱਲਾਹੁ ਅੱਲਾ ਅੱਲਾਹੁ ਅੱਲਾਹੁ ਅੱਲਾ ਅੱਲਾਹੁ 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 ਅੱਲਾ ਅੱਲਾਹੁ ਅੱਲਾ ਅੱਲਾਹੁ ਅੱਲਾਹੁ ਅੱਲਾ ਅੱਲਾਹੁ ਅੱਲਾ ਸਲਾਮ, ਅੱਲਾ ਤੁਹਾਡੀ ਜ਼ਿੰਦਗੀ ਕਰੇ, ਹੁਸੈਨ ਦੀ ਅਮੜੀ ਤੁਹਾਨੂੰ ਵਸਤਾ ਰੱਖੇ, ਚੌਥੇ ਆਸਮਾਨ ਤੇ ਜਨਾਬ ਜਬਰੀਲ ਖੁਸ਼ ਏ, ਮਲਾਇਕਾ ਪੁੱਛਿਆ ਜਬਰੀਲ ਅੱਜ ਬਹੁ ਖੁਸ਼ ਏ,
ਇਹਦੀ ਕਿਆ ਵਜ੍ਹਾ ਦਾ ਮੈਂ ਖੁਸ਼ ਕਿਉਂ ਨਾ ਹੋਵਾਂ? ਤੁਹਾਨੂੰ ਪਤਾ ਕੋਈ ਨਹੀਂ ਏਡੀ ਅਜ਼ੀਮ ਹਸਤੀ ਦੁਨੀਆਂ ਤੇ ਤਸ਼ਰੀਫ ਫਰਮਾਏ, ਆਦੇ ਨਗੇ ਤਨ ਇਸ ਲਿਬਾਸ ਵਿੱਚ ਕਦੀ ਨਹੀਂ ਡਿੱਠਾ, ਇਸ ਰੰਗ ਵਿੱਚ ਕਦੀ ਨਹੀਂ ਡਿੱਠਾ, ਇਤਨਾ ਖੁਸ਼ ਤਨ ਕਦੀ ਨਹੀਂ ਡਿੱਠਾ। ਉਸ ਵੇਲੇ ਜਬਰੀਲ ਜਿਹੜੀ ਮਲਾਇਕਾ ਦੇ ਮੁਖਾਤਿਬ ਹੋ ਕੇ ਗੱਲ ਕੀਤੀ, ਸ਼ੇਰ ਦੇ ਅੰਦਰ ਸੁਣਾਉਣਾ ਚਾਹਨਾ, ਇਸ ਤੋਂ ਵੱਧ ਕੇ ਰੱਬ ਦੀ ਨੇਮਤ ਕਿਹੜੀ ਹੈ, ਇਸ ਤੋਂ ਵੱਧ ਕੇ ਰੱਬ ਦੀ ਨੇਮਤ ਕਿਹੜੀ ਹੈ, ਇਸ ਤੋਂ ਵੱਧ ਕੇ ਰੱਬ ਦੀ ਨੇਮਤ ਕਿਹੜੀ ਹੈ, ਗੜ ਅਲੀ ਦੇ ਰਾਈ ਹਸਤੀ ਜਿਹੜੀ ਹੈ, ਅੱਲਾਹੁ ਅੱਲਾਹੁ ਅੱਲਾਹ ਅੱਲਾਹੁ ਅੱਲਾਹ ਅੱਲਾਹੁ ਅੱਲਾਹੁ ਅੱਲਾਹ ਅੱਲਾਹੁ ਅੱਲਾਹ ਅੱਲਾਹੁ ਅੱਲਾਹ ਅੱਲਾਹੁ 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 ਅੱਚਾ ਕੇ ਨਾਰਾ ਹੈਦਰੀ ਆ ਦਿਨ ਹੋਰ ਵੀ ਤਾਰਫ ਕਰਾ ਮਲਾਇਕਾ ਆਖਿਆ ਕਿਹੜੀ ਹਸਤੀ ਆਈ ਹੈ, ਜ਼ਰਾ ਸਾਨੂੰ ਹੋਰ ਤਾਰਫ ਕਰਾ, ਹੋਰ ਆਸਾਨ ਕਰਾ। ਉਸ ਵੇਲੇ ਜਬਰੀਲ ਜਿਹੜੀ ਗੱਲ ਕੀਤੀ ਸ਼ੇਰ ਦੇ ਅੰਦਰ ਸੁਣਾਉਣਾ ਚਾਹਨਾ, ਆਖ ਜਬਰਾਈਲ ਅੱਜ ਮੇਰੇ ਨਾਲ ਚਲੋ, ਆਖ ਜਬਰਾਈਲ ਅੱਜ ਮੇਰੇ ਨਾਲ ਚਲੋ, ਆਖ ਜਬਰਾਈਲ ਅੱਜ ਮੇਰੇ ਨਾਲ ਚਲੋ, ਹੁਸੈਨ ਦਾ ਚਿਹਰਾ ਇਓ ਵਿਰਦ ਕਰੋ, ਅੱਲਾਹੁ ਅੱਲਾਹ ਅੱਲਾਹ ਅੱਲਾਹੁ ਅੱਲਾਹ ਜੀਓ। ਹੁਸੈਨ ਦੀ ਅੰਮ੍ਰਿਤ ਮਲਸਤ ਰੱਖੇ, ਦੌਲਤ ਕੇ ਨਸ਼ੇ ਮੈਂ ਨਾ ਬਸ ਹਰ ਵਕਤ ਕੀਆ ਕਰ, ਉਜੜੇ ਹੋਏ ਲੋਗੋਂ ਕੀ ਦੁਆਏ ਭੀ ਲਿਆ ਕਰ, ਹਰ ਵਕਤ ਕੀ ਖੁਸ਼ੀਆਂ ਤੁਝੇ ਬਰਬਾਦ ਨਾ ਕਰ ਦੇ, ਸ਼ਬੀਰ ਕੇ ਗਮ ਹੈ ਕਭੀ ਰੋ ਵੀ ਲਿਆ। ਜਿਹੜੇ ਬੰਦੇ ਰੋਵਣ ਵਾਸਤੇ ਆਏ, ਅੱਖ ਜਾਣੇ ਉਹ ਸਹਿਣ ਜਾਣੇ ਜਿਸ ਨੂੰ ਵਿਰਾਹ ਦੀ ਲਾਸ਼ 'ਤੇ ਰੱਜ ਕੇ ਰੋਵਣ ਹੀ ਕਹਿ ਨਹੀਂ ਦਿੱਤਾ। ਗੁਰੂ ਨੀਤ ਕੇ ਆਇਆ ਹਨ, ਕੁਰਾਨ ਦੀ ਕਸਮ ਹੈ, ਹੋਣੀ ਤੁਹਾਡਾ ਅਤੇ ਮੈਂ 12ਵਾਂ ਇਮਾਮ, ਪਰਦਾ ਗੈਬਤ 'ਚ ਬਹਿ ਕੇ ਪਾਣੀ ਨਹੀਂ। ਅਲੀ ਰਜ਼ਾ ਰਤ ਬੈਠਾ ਰੋਂਦਾ ਹੈ, ਆਧਾ ਬੈਠਾ ਹੈ, ਮਾਲਿਕ ਹਟਾ ਪਰਦੇ, ਭੇਜ ਮੈਨੂੰ ਦੁਨੀਆਂ 'ਤੇ, ਮੈਂ ਲੋਕਾਂ ਕੋਲੋਂ ਵੰਜ ਕੇ ਇਹੋ ਕੁਝ ਪੁੱਛਾਂ ਚਾਹ, ਜੋ ਮਾਂ ਅਤੇ ਧੀ ਦਾ ਕਸੂਰ ਕਿਹੜਾ ਏ? ਸਦਕੇ ਹੋ ਵਿਆ ਬੇਸ਼ੱਕ ਕਸਮ ਚਵਾਵੋ ਤੇ ਦੱਸਾਂ ਭੈਣ ਫਿਰਾ ਲਿਖ ਦੇਂਦੇ ਦਾ ਲਿਖਵੈਂਦੇ ਰੋ ਲਿਖੇ ਕਿਹੜਾ ਬੰਦਾ ਹੈ ਜਿਹੜਾ ਆਦਾ ਮੈਂ ਤਿਆਰੀ ਤੇ ਰੋਵਣ ਨਹੀਂ ਆਉਂਦਾ। ਤਿਆਰੀ ਕਹਿੰਦੀ ਆਉਂਦੀ ਪਈ ਏ ਹੁਸੈਨ ਬਾਦਸ਼ਾਹ ਦੀ, ਮੁਹੰਮਦ ਦੇ ਸੋਹਣਾ ਬਚੜੇ ਦੀ ਤਿਆਰੀ ਪਈ ਆਉਂਦੀ ਏ। ਹੁਸੈਨ ਬਾਦਸ਼ਾਹ ਸਮਝਿਆ ਸ਼ਾਇਦ ਵਲਦੇ ਸਾਲ ਕਹਿ ਹੋਣਾ ਜਾਂ ਨਾ, ਭੈਣਾਂ ਨੂੰ ਨਾਲ ਲਾ ਕੇ ਸਿੱਧਾ ਮਾਂ ਦੀ ਕਬਰ 'ਤੇ ਆਇਆ। ਪਹਿਲੇ ਪਹਿਲੇ ਮੇਰੀ ਵੱਡੀ ਸੈਣ ਆਈ ਏ, ਮਾਂ ਦੀ ਕਬਰ ਦੇ ਸਿਰਾਂ ਦੀ ਵਾਲੇ ਪਾਸਿਓਂ ਆਈਏ, ਆ ਕੇ ਕਬਰ 'ਤੇ ਬਾਂਦੀ ਬਾਂਦੀ ਬਹਿ ਗਈ ਏ, ਹੱਥ ਰੱਖਿਆ ਦੀਏ ਜੰਮਾ ਵੋ ਤੇਰੀ ਵਸੀਅਤ ਪੂਰੀ ਪਈ ਕਰੇਨੀਆਂ, ਵਿਰਾਦ ਨਾਲ ਸਫ਼ਰ ਕਰੇਂਦੀ ਪਈਆਂ, ਮੱਤਾਂ ਨੇ ਚੁੜੇਂਦੀ ਪਈਆਂ, ਜਦੋਂ ਤੁਹਾਡੇ ਬਚੜੇ 'ਤੇ ਕਈ ਔਖੀ ਬਣਦੀ ਡਿੱਠੀ ਤਾਂ ਮੈਂ ਦੋ ਬਚੜੇ ਦੇ ਸਾਂ। ਭਾਈ ਜਾਨ ਨੇ ਵੱਡੀ ਸੈਣ ਵੈਣ ਕੀਤਾ, ਹੁਣ ਮੇਰੀ ਛੋਟੀ ਸੈਣ ਆਈਏ, ਉਹ ਵੀ ਟੁਰਦੀ ਹੋਈ ਮਾਂ ਦੇ ਸਿਰਾਂ ਦੀ ਵਾਲੇ ਪਾਸਿਓਂ ਆਈਏ, ਆ ਕੇ ਕਬਰ 'ਤੇ ਬਾਂਦੀ ਬਾਂਦੀ ਬਹਿ ਗਈਏ, ਹੱਥ ਰੱਖਿਆ ਦੀਏ ਰੰਮਾਵੋ ਤੁਹਾਡੀ ਵੱਡੀ ਧੀ ਗਵਾਹ ਬਣਾ ਕੇ ਆਈ ਬੈਠੀਆਂ, ਪਵਾਂ ਦੀ ਉਹਨਾਂ ਆਈ ਮੈਂ ਸਿਰਾਂ ਦੀ ਵਾਲੇ ਪਾਸਿਓਂ ਆਈਆਂ, ਤੁਹਾਡੀ ਵੱਡੀ ਧੀ ਆਖਿਆ ਮੈਂ ਦੋ ਬੱਚੜੇ ਦੇ ਸਾਂ, ਅੰਮਾ ਮੈਂ ਤੁਹਾਡੀ ਬੇ ਔਲਾਦ ਧੀਆਂ, ਔਲਾਦ ਮੇਰੀ ਕੋਈ ਨਹੀਂ, ਮੈਂ ਚਾਦਰ ਫਰਨੀਆਂ। ਸਦਕੇ
मैं चादर दे साए मड़ी छोटी सैन वैन कीता एक और मजदूरे जड़ी टुरदी हुई भाई जान सिरां दी नहीं आई पवां दी आले पासों आई है आके कबर ते बांधी बांधी बह गई है हाथ नहीं रखिया मुंह आके रखिया है आदि सैन तड़ी वड़ी धी आख्या मैं दो बचड़े देसा लेकिन करबला तड़ी छोटी दे वादा कीती बैठी है मैं चादर फरनिया सैन तोड़िया दो धियां गवाह बना के आई बैठिया सिरां दी ना आई मैं पवां दी आले पासों आईया सैन मैं छे बचड़े नाल लई वैनिया जदा तड़े बचड़े ते कोई औखी बनदी डिठी करबला कुछ मंजल दूर होसी पहले सर दा ताज देसा वत दो बचड़े देसा वत दो करबला देसा वत दो शामे गरीबा देसा कोई निखड़ के किदाई साऊ ऐसिया कोई निखड़ के किदाई साऊ ऐसिया मैं निखड़ के लाहौर वंज समणा है तैयारी करना अल्लाह तवाड़ी जिंदगी करे जड़े वेले सैनिया गल कीती है हुसैन बादशाह समझिया है मड़िया भैणा मरण तू पहले मर वैसन मां दी कबर ते आए नीवें कबर ते हाथ रख के प्या दे नम्मा ते कुआं आखरी वेले मिलण आया ते नाल आया करण सवाले मैनू माफ करी तड़िया नुआ धिया गिद्धी वैना सपरी सपरी नाले सदके सदके एक धी बीमार टिकाई वैदा ते रखे नींदा कास खिनाले तू मां जो है ते कुंडसण आया मड़ा वतन ते वलाने वलाण मुहाले सदके मदीना शहर वांगू मिसल मजून दया नेकी वस्ते रहे बादी वस्ते रहे हुसैन बादशाह मदीने दे पासे मुंह करके आ दे खलन मदीने वाले ओ मैं बल ना आया सांत वाड़ी नगरी ते मैं तू बेशक कसम जवाब वसा भैन भिरा लिख दें दे हाँ लिख वैं दे ओ लिखे लिखवावो सदके सदके कबर नबीदा एहसान गरीब तलावो केड़ा एहसान मेरे परदादार पाए बाहर ना देन एक लाजा बाहर ना वो सैयदा देन मैं मरी जिन पियावे ना मजीदा कोई नहीं वरन माशाल्लाह माशाल्लाह